ਸਤਿ ਸ੍ਰੀ ਅਕਾਲ ਸੱਜਣੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਵਿੱਚ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਕਿਵੇਂ ਉਗਾਈਆਂ ਜਾ ਸਕਦੀਆਂ ਹਨ ਇਸ ਵੀਡੀਓ ਵਿੱਚ ਅਸੀਂ ਸਬਜ਼ੀਆਂ ਦੇ ਲਾਭ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਦੇਖਭਾਲ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਤਾਂ ਤੁਸੀਂ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਕੁਦਰਤੀ ਤਰੀਕੇ ਨਾਲ ਉਗਾਈਆਂ ਸਬਜ਼ੀਆਂ ਸਿਹਤ ਲਈ ਬਹੁਤ ਫਾਇਦੇਮੰਦ ਹਨ ਇਹਨਾਂ ਵਿੱਚ ਕੋਈ ਕੈਮੀਕਲ ਨਹੀਂ ਹੁੰਦੇ ਜਿਸ ਨਾਲ ਤੁਹਾਡੀ ਸਿਹਤ ਤੇ ਕੋਈ ਨੁਕਸਾਨ ਨਹੀਂ ਹੁੰਦਾ 1 ਤਾਜ਼ਗੀ ਤਾਜ਼ੀ ਸਬਜ਼ੀਆਂ ਦਾ ਸਵਾਦ ਬੇਮਿਸਾਲ ਹੁੰਦਾ ਹੈ 2 ਸਿਹਤਮੰਦ ਜੀਵਨ ਇਹਨਾਂ ਵਿੱਚ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ ਜੋ ਸਿਹਤ ਲਈ ਲਾਭਦਾਇਕ ਹਨ 3 ਪੈਸਿਆਂ ਦੀ ਬਚਤ ਕਰ ਵਿੱਚ ਸਬਜ਼ੀਆਂ ਉਗਾ ਕੇ ਤੁਸੀਂ ਪੈਸੇ ਵੀ ਬਚਾ ਸਕਦੇ ਹੋ ਸਹੀ ਖਾਦਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ 1 ਕੰਪੋਸਟ ਘਰ ਵਿੱਚ ਬਣੀ ਕੰਪੋਸਟ ਦੀ ਵਰਤੋਂ ਕਰੋ ਇਸ ਨਾਲ ਮਿੱਟੀ ਵਿੱਚ ਪੋਸ਼ਕ ਤੱਤ ਵੱਧਦੇ ਹਨ 2 ਗੋਬਰ ਦੀ ਪੁਰਾਣੀ ਗੋਬਰ ਦੀ ਖਾਦ ਨੂੰ ਮਿੱਟੀ ਵਿੱਚ ਮਿਲਾਓ ਇਹ ਪੌਦਿਆਂ ਨੂੰ ਆਵਸ਼ਕ ਪੋਸ਼ਕ ਤੱਤ ਪ੍ਰਦਾਨ ਕਰਦੀ ਹੈ 3 ਅਰਧੂਕਟਣ ਦੀ ਖਾਦ ਸਿਰਫ ਹਰੀਆਂ ਪੱਤੀਆਂ ਨੂੰ ਕੱਟ ਕੇ ਮਿੱਟੀ ਵਿੱਚ ਮਿਲਾਓ ਇਹ ਵੀ ਬਹੁਤ ਲਾਭਕਾਰੀ ਹੁੰਦੀ ਹੈ ਸਬਜ਼ੀਆਂ ਦੀ ਸਹੀ ਦੇਖਭਾਲ ਕਰਨ ਨਾਲ ਉਹਨਾਂ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ 1 ਪਾਣੀ ਦੇਣ ਪਾਣੀ ਦੇਣ ਸਮੇ ਇਹ ਯਕੀਨੀ ਬਣਾਓ ਕਿ ਮਿੱਟੀ ਵਿੱਚ ਨਮੀ ਬਰਕਰਾਰ ਰਹੇ 2 ਰੋਜ਼ਾਨਾ ਜਜਰਾ ਅੰਮਚ ਪੌਦਿਆਂ ਦੀ ਰੋਜ਼ਾਨਾ ਜਜਰਾ ਅੰਮਚ ਕਰੋ ਅਤੇ ਬਿਮਾਰ ਪੱਤਿਆਂ ਨੂੰ ਹਟਾਓ 3 ਕੁਦਰਤੀ ਕੀਟਨਾਸ਼ਕ ਨਿੰਮ ਦਾ ਤੇਲ ਜਾਂ ਤਿੱਥਿਆ ਦਾ ਪਾਣੀ ਵਰਤ ਕੇ ਕੀੜੇ ਮਕੌੜੇ ਦੂਰ ਰੱਖੋ। ਕੁਦਰਤੀ ਤਰੀਕੇ ਨਾਲ ਉਗਾਈਆਂ ਸਬਜ਼ੀਆਂ ਨਾਲ ਸਿਹਤਮੰਦ ਜੀਵਨ ਯਿਆਪਨ ਕਰੋ ਅਤੇ ਆਰਥਿਕ ਤੌਰ ਤੇ ਵੀ ਲਾਭ ਪ੍ਰਾਪਤ ਕਰੋ। ਘਰ ਦੇ ਬੱਚਿਆਂ ਨੂੰ ਵੀ ਸਬਜ਼ੀਆਂ ਦੀ ਕਦਰ ਸਿਖਾਓ ਅਤੇ ਉਹਨਾਂ ਨੂੰ ਇਸ ਕਿਰਿਆ ਵਿੱਚ ਸ਼ਾਮਿਲ ਕਰੋ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਘਰ ਵਿੱਚ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਉਗਾਉਣ ਬਾਰੇ ਪੂਰੀ ਜਾਣਕਾਰੀ ਮਿਲੀ ਹੋਵੇਗੀ। ਜੇ ਤੁਹਾਡੇ ਕੋਈ ਸਵਾਲ ਹਨ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਪੋਸਟ ਕਰੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਧੰਨਵਾਦ।